ਹਲਚਲ ਟੀਵੀ ਨਿਊਜ਼। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਆਪ ਸਾਰੇ ਜਾਣਦੇ ਹੋ, ਨਨਕਾਣਾ ਸਾਹਿਬ ਦੇ ਅੰਦਰ ਜੋ ਘਟਨਾਕ੍ਰਮ ਹੁਣੇ ਘਟਿਆ, ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਤਕਰੀਬਨ 200 ਦੇ ਆਸ ਪਾਸ ਲੋਕ ਅੰਦਰ ਨੇ ਔਰ ਪੁਲਿਸ ਦਾ ਬੰਦੋਬਸਤ ਹੁਣ ਬਾਹਰ ਪਹੁੰਚਿਆ। ਜਦੋਂ ਵਿਦੇਸ਼ ਮੰਤਰਾਲਿਆ ਦੇ ਸੈਕਟਰੀ ਨੇ ਗੱਲ ਕੀਤੀ ਔਰ ਉੱਥੋਂ ਦੇ ਹਾਈ ਕਮਿਸ਼ਨ ਨੇ ਦੱਸਿਆ ਕਿ ਜੋ ਹਾਲਾਤ ਬਣੇ ਪਏ ਨੇ ਉਹਦੇ 'ਤੇ ਸਾਰੀ ਦੁਨੀਆ ਦੀ ਚਿੰਤਾ ਹੈ। ਉਸ ਤੋਂ ਬਾਅਦ ਉੱਥੇ ਪੁਲਿਸ ਪਹੁੰਚੀ, ਕਿਉਂਕਿ ਮੈਂ ਲਗਾਤਾਰ ਉਹਨਾਂ ਲੋਕਾਂ ਦੇ ਸੰਪਰਕ ਅੰਦਰ ਸੀ ਔਰ ਬੱਚੇ ਮੈਨੂੰ ਵਾਰ ਵਾਰ ਉੱਥੋਂ ਫੋਨ ਕਰਕੇ ਦੱਸ ਰਹੇ ਸੀ, ਸਾਰੀ ਵੀਡੀਓਜ਼ ਭੇਜ ਰਹੇ ਸੀ ਔਰ ਉਹਨਾਂ ਨੂੰ ਬੜੀ ਦਹਿਸ਼ਤਗਰਦੀ ਦੇ ਮਾਹੌਲ ਅੰਦਰ ਸੀ। ਇਹ ਲੋਕ ਜਗਜੀਤ ਕੌਰ ਜਿਹੜੀ 3 ਮਹੀਨੇ ਪਹਿਲਾਂ ਬੇਟੀ ਅਗਵਾ ਕਰ ਲਈ ਗਈ ਸੀ, ਜੋ ਅੱਜ ਵੀ ਇਹਨਾਂ ਦੇ ਕਬਜ਼ੇ 'ਚ ਆ, ਉਸ ਨੂੰ ਲੈ ਕੇ ਜੋ ਕੋਰਟ ਨੇ ਫੈਸਲਾ ਕੀਤਾ ਸੀਗਾ, ਕੋਰਟ ਨੇ ਕਿਹਾ ਸੀ ਕਿ ਬੇਟੀ ਮਾਂ ਬਾਪ ਨੂੰ ਵਾਪਸ ਲੁਟਾਈ ਜਾਵੇ, ਉਸ ਨੂੰ ਲੈ ਕੇ ਗੁੱਸੇ ਸੀਗੇ ਵੀ ਕਿਉਂ ਸਾਡੇ ਤੋਂ ਕੁੜੀ ਵਾਪਸ ਮੰਗੀ ਗਈ ਆ। ਔਰ ਉੱਥੇ ਨਾਅਰੇ ਲਗਾਏ ਗਏ ਕਿ ਪਾਕਿਸਤਾਨ ਦੇ ਅੰਦਰ ਜੋ ਸਿੱਖ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ, ਨਨਕਾਣਾ ਸਾਹਿਬ ਦੇ ਸਿੱਖਾਂ ਨੂੰ ਇੱਥੋਂ ਬਾਹਰ ਭਜਾਵਾਂਗੇ। ਔਰ ਇਹ ਵੀ ਕਿਹਾ ਗਿਆ ਕਿ ਜੋ ਨਨਕਾਣਾ ਸਾਹਿਬ ਦਾ ਸ਼ਹਿਰ ਦਾ ਨਾਮ ਆ, ਇਸ ਨੂੰ ਬਦਲ ਕੇ ਉਹਨਾਂ ਨੇ ਆਪਣੇ ਕੋਈ ਇਮਾਨ ਜੋ ਵੀ ਨੇ ਉਹਦੇ ਨਾਮ 'ਤੇ ਦੱਸਿਆ ਅਤੇ ਰੱਖਾਂਗੇ, ਅਸੀਂ ਨਹੀਂ ਰਹਿਣ ਦਿਆਂਗੇ। ਹੁਣੇ ਮੈਂ ਵੀਡੀਓ ਦੇਖ ਰਿਹਾ ਸੀ, ਲੇਟੈਸਟ ਗੁਰਦੁਆਰਾ ਸਾਹਿਬ ਦੇ ਅੰਦਰ ਬਰਾਂਡੇ 'ਚ ਖੜ੍ਹੇ ਹੋ ਕੇ, ਅੰਦਰ ਮਤਲਬ ਉਹਦੇ ਗਲਿਆਰੇ 'ਚ ਖੜ੍ਹੇ ਹੋ ਕੇ, ਡਿਊਟੀ ਦੇ ਅੰਦਰ ਖੜ੍ਹੇ ਹੋ ਕੇ ਅਤੇ ਨਾਅਰੇ ਲਗਾ ਰਹੇ ਔਰ ਧਮਕੀਆਂ ਦੇ ਰਿਹਾ ਓਪਨ, ਜੋ ਇਹ ਲੜਕਾ ਹੈ ਜੋ ਜਿਸਨੇ ਜਗਜੀਤ ਅਗਵਾ ਕੀਤੀ ਸੀ ਉਹਦਾ ਵੱਡਾ ਭਰਾ ਹੈ। ਮੈਂ ਪਹਿਲਾਂ ਤਾਂ ਪਾਕਿਸਤਾਨ ਦੇ ਸਿੱਖਾਂ ਨੂੰ ਇਹ ਵਿਸ਼ਵਾਸਾਂ ਦੁਆਰਾ ਚਾਹੁੰਦਾ ਹੈ, ਹਿੰਦੁਸਤਾਨ ਨਹੀਂ ਬਲਕਿ ਭਰੀ ਦੁਨੀਆ ਦੇ ਜਿਹੜੇ ਸਿੱਖ ਨੇ ਉਹ ਤੁਹਾਡੇ ਨਾਲ ਆ, ਤੁਹਾਨੂੰ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ। ਅਸੀਂ ਤੁਹਾਡੀ ਹਰ ਲੜਾਈ ਨੂੰ ਲੜਾਂਗੇ, ਸੜਕਾਂ 'ਤੇ ਉਤਰ ਕੇ ਵੀ ਲੜਾਂਗੇ, ਸਰਕਾਰਾਂ ਦਰਬਾਰਾਂ 'ਚ ਵੀ ਲੜਾਂਗੇ, ਪੂਰੇ ਦੁਨੀਆ ਦੇ ਸਿੱਖ ਤੁਹਾਡੇ ਨਾਲ ਖੜ੍ਹੇ ਨੇ। ਦੂਜੀ ਗੱਲ, ਕੱਲ੍ਹ ਮੈਂ ਦਿੱਲੀ ਦੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ, ਅਸੀਂ ਕੱਲ੍ਹ ਪਾਕਿਸਤਾਨ ਦੀ ਅੰਬੈਸੀ ਦੇ ਬਾਹਰ ਇੱਕ ਪੀਸਫੁੱਲ ਪ੍ਰੋਟੈਸਟ ਕਰਨ ਜਾ ਰਹੇ ਹਾਂ। ਅਸੀਂ ਦੱਸਣਾ ਚਾਹੁੰਦੇ ਹਾਂ ਪਾਕਿਸਤਾਨ ਨੂੰ ਕਿ ਪਾਕਿਸਤਾਨ ਦੇ ਅੰਦਰ ਜੋ ਸਿੱਖਾਂ ਨਾਲ ਹੋਇਆ ਉਸ ਨੂੰ ਲੈ ਕੇ ਹਿੰਦੁਸਤਾਨ ਦੇ ਸਿੱਖ ਚਿੰਤਿਤ ਨੇ ਔਰ ਹਿੰਦੁਸਤਾਨ ਦੇ ਸਿੱਖ 100% ਹੀ ਆਪਣੇ ਪਾਕਿਸਤਾਨ ਦੇ ਭਰਾਵਾਂ ਦੇ ਨਾਲ ਖੜ੍ਹੇ ਹਾਂ। ਸਾਡਾ ਖੂਨ ਦਾ ਕਤਰਾ ਕਤਰਾ ਸਾਡੇ ਭਰਾਵਾਂ ਵਾਸਤੇ ਖੜ੍ਹਾ ਹੈ, ਚਾਹੇ ਕੁਛ ਵੀ ਹੋ ਜਾਏ ਅਸੀਂ ਆਪਣੇ ਭਰਾਵਾਂ ਨੂੰ ਨਾ ਕਦੇ ਛੱਡਿਆ ਹੈ ਨਾ ਛੱਡਾਂਗੇ। ਸਾਡੇ ਆਪਸੀ ਮਵਾਦ ਹੋ ਸਕਦੇ ਨੇ ਕਿਉਂਕਿ ਉਸ ਮੁਲਕ ਦੀ ਗੱਲ ਕਰਦੇ ਨੇ, ਅਸੀਂ ਆਪਣੇ ਇਸ ਮੁਲਕ ਦੀ ਗੱਲ ਕਰਦੇ ਹਾਂ, ਪਰ ਜਦੋਂ ਸਿੱਖੀ ਦੀ ਗੱਲ ਆ ਜਾਂਦੀ ਹੈ, ਜਦੋਂ ਦਸਤਾਰ ਦੀ ਗੱਲ ਆ ਜਾਂਦੀ ਆ, ਤਾਂ ਫਿਰ ਅਸੀਂ ਇੱਕ ਦੂਜੇ ਤੋਂ ਜੁਦਾ ਨਹੀਂ ਹੈਗੇ। ਅਸੀਂ ਹਰ ਸੂਰਤ ਅੰਦਰ ਆਪਣੇ ਭਰਾਵਾਂ ਦੇ ਨਾਲ ਖੜ੍ਹੇ ਹਾਂ, ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ ਵੀ ਆਖਰੀ ਕਤਰਾ ਵੀ ਦੇਣਾ ਪਵੇ, ਅਸੀਂ ਆਪਣੇ ਭਰਾਵਾਂ ਤੋਂ ਮੋੜ ਨਹੀਂ ਮੋੜਾਂਗੇ। ਅਸੀਂ ਆਪਣੇ ਭਰਾਵਾਂ ਨੂੰ, ਪਾਕਿਸਤਾਨ ਦੇ ਭਰਾਵਾਂ ਵੀਰਾਂ ਨੂੰ, ਭੈਣਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ, ਤੁਸੀਂ ਬਿਲਕੁਲ ਨਿਸ਼ਚਿੰਤ ਹੋ ਜਾਓ, ਪੂਰੇ ਦੁਨੀਆ ਦੇ ਅੰਦਰ ਤੁਹਾਡੇ ਇਸ ਮਿਸ਼ਨ ਨੂੰ ਅਸੀਂ ਲੈ ਕੇ ਜਾਵਾਂਗੇ, ਦੁਨੀਆ ਨੂੰ ਦੱਸਾਂਗੇ ਔਰ ਤੁਹਾਡੀ ਉੱਥੇ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਅਸੀਂ ਹਰ ਲੜਾਈ ਨੂੰ ਲੜਾਂਗੇ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਜ਼ਿਆਦਾ ਤੋਂ ਜ਼ਿਆਦਾ ਮੇਰੇ ਵੀਰ ਕੱਲ੍ਹ ਦੁਪਹਿਰੇ 1 ਵਜੇ ਪਾਕਿਸਤਾਨ ਅੰਬੈਸੀ ਦੇ ਬਾਹਰ ਧਰਨੇ ਵਾਸਤੇ ਪਹੁੰਚਣ, ਕੱਲ੍ਹ ਦੁਪਹਿਰੇ 1 ਵਜੇ ਪਾਕਿਸਤਾਨ ਅੰਬੈਸੀ ਦੇ ਬਾਹਰ ਧਰਨੇ ਲਈ ਪਹੁੰਚਣ। ਇਹ ਧਰਨਾ 3 ਮੂਰਤੀ ਤੋਂ ਸ਼ੁਰੂ ਹੋਊਗਾ। ਮੈਂ ਸਾਰੀਆਂ ਸੰਗਤਾਂ ਚਰਨਾਂ 'ਚ, ਨੌਜਵਾਨ ਦੋਸਤਾਂ ਚਰਨਾਂ 'ਚ ਚਿੰਤਾ ਬੇਨਤੀ ਕਰਨਾ ਚਾਹੁੰਦਾ, ਜੇ ਤੁਸੀਂ ਚਾਹੁੰਦੇ ਜੇ ਤੁਸੀਂ ਮੈਸੇਜ ਦੇਣਾ ਚਾਹੁੰਦੇ ਜੇ, ਅਸੀਂ ਆਪਣੇ ਭਰਾਵਾਂ ਨਾਲ ਖੜ੍ਹੇ ਹਾਂ ਅਤੇ ਫਿਰ ਕੱਲ੍ਹ ਨਿਕਲੋ ਬਾਹਰ ਘਰਾਂ 'ਚੋਂ ਔਰ 1 ਵਜੇ ਪਹੁੰਚ ਕੇ 3 ਮੂਰਤੀ 'ਤੇ ਪਾਕਿਸਤਾਨ ਦੇ ਖਿਲਾਫ ਅਸੀਂ ਪੀਸਫੁੱਲ ਮੁਜ਼ਾਹਰਾ ਕਰਨਾ ਹੈ। ਇਹ ਸੰਦੇਸ਼ ਦੇਣਾ ਹੈ ਕਿ ਅਸੀਂ ਆਪਣੇ ਭਰਾਵਾਂ ਨਾਲ ਖੜ੍ਹੇ ਹਾਂ, ਸਾਡੇ ਭਰਾ ਸਾਡੀ ਜਿੰਦ ਆ, ਸਾਡੀ ਜਾਨ ਆ, ਅਸੀਂ ਉਹਨਾਂ ਦੇ ਪਿੱਛੇ ਹਰ ਲੜਾਈ ਲੜਨ ਨੂੰ ਤਿਆਰ ਆ। ਸੋ ਆਪਾਂ ਜਗਜੀਤ ਕੌਰ ਜਿੱਥੇ ਲੜਾਈ ਲੜਦੇ ਪਏ ਹਾਂ, ਉੱਥੇ ਆਪਣੇ ਸਿੱਖ ਭਰਾਵਾਂ ਦੇ ਉੱਤੇ ਜੋ ਅੱਜ ਹਮਲਾ ਹੋਇਆ ਹੈ, ਸਾਡੇ ਪਵਿੱਤਰ ਸਰਕਾਰ ਸਾਡੇ ਪਵਿੱਤਰ ਸਥਾਨ ਨਨਕਾਣਾ ਸਾਹਿਬ ਤੋਂ ਜੋ ਹਮਲਾ ਆਇਆ, ਉਹਦੇ ਵਾਸਤੇ ਆਪਾਂ ਇਕਜੁੱਟ ਹੋਈਏ ਔਰ ਕੱਲ੍ਹ 1 ਵਜੇ ਪਾਕਿਸਤਾਨ ਅੰਬੈਸੀ ਦੇ ਬਾਹਰ 3 ਮੂਰਤੀ ਦੇ ਬਾਹਰ ਪਹੁੰਚੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਆਪ ਵੀ ਸ਼ੇਅਰ ਕਰੋ, ਆਪ ਪਹੁੰਚੋ ਵੀ ਅਤੇ ਲੋਕਾਂ ਤਾਈਂ ਵੀ ਪਹੁੰਚਾਓ। ਵਾਹਿਗੁਰੂ ਜੀ ਕਾ। ਆਪ ਦੇਖ ਰਹੇ ਹੈ ਹਲਚਲ ਟੀਵੀ ਨਿਊਜ਼।